ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ ਹੋਰ ਦੱਸੋ ਜੀ ਕਿਵੇਂ ਹੋ ਸਾਰੇ ਟਾਈਮ ਹੈ ਜਿਹੜਾ 2 ਵੱਜ ਗਏ ਨੇ ਅੱਜ ਬਹੁਤ ਜ਼ਿਆਦਾ ਲੇਟ ਆ ਕਿਉਂਕਿ ਅੱਜ ਪਿੰਡ ਭੋ ਸੀ ਇਧਰੋਂ ਆਇਆ ਇਹਦੇ ਸੁੱਕਾ ਦਾ ਬਿੱਲ ਕਰ ਦੇ ਆ ਕਿ ਮੈਂ ਥੋੜੇ ਮੋਟੇ ਬਿੱਲ ਬੁੱਲ ਲਾਏ ਨੇ ਇਹਦੇ ਸੁੱਕਾ ਚੇਂਜ ਕਰਕੇ ਜੀ ਭੁੱਖ ਲੱਗੀ ਪਈ ਆ ਬੱਚਿਆਂ ਨੂੰ ਰੋਟੀ ਰੋਟੀ ਦੇਣੀ ਹੈ ਤੇ ਕੱਲ੍ਹ ਚਾਹ ਮੰਗਦਾ ਸੀ ਚਾਹ ਨਹੀਂ ਮਾਹ ਰੋਟੀ ਖਾ ਲਈ ਰੋਟੀ ਖਾ ਦੇ ਰੋਟੀ ਤੋਂ ਬਾਅਦ ਚਾਹ ਨਹੀਂ ਲੱਗੀ ਮੈਂ ਹੁਣ ਪੀਣੀ ਆ ਹੈ ਮੈਨੂੰ ਨਹੀਂ ਪੀਣੀ ਮੈਂ ਖਾਣੀ ਆ ਰੋਟੀ ਬਹੁਤ ਬਣਾ ਕੇ ਛੋਲੇ ਦੀ ਸਬਜ਼ੀ ਨਾਲ ਚਾਹ ਦੇ ਇੱਕ ਕੱਪ ਦੀ ਬਹੁਤ ਬਣਾ ਨਹੀਂ ਚਾਹ ਜੂ ਮੈਂ ਸਾਂਝ ਕਰ ਰਹੀ ਇਹ ਤੁਸੀਂ ਨਹੀਂ ਤਾਂ ਜਮੀ ਬੇੜਾ ਪੱਟੀ ਆ ਗਈ ਮੇਰੇ ਸਕੂਲ ਦੀ ਨਾਬੀ ਕਾ ਨਾ ਪ੍ਰੈਸ ਮਾਰ ਕੇ ਬੜ ਬੜ ਪਏ ਨੇ ਐ ਪਤਾ ਨਹੀਂ ਸ਼ਾਮ ਨੂੰ ਬਾਜ਼ਾਰ ਭੱਜਣਾ ਪੈ ਜੇ ਬਣਾ ਦੀ ਵਾਲਾ ਬੁਰਾ ਲੱਗਦਾ ਘਰੇ ਤਾਂ ਪੈ ਜਾਂਦਾ ਆਏ ਮੈਂ ਕਹਿੰਦਾ ਦੇਖਦੀ ਨੇ ਮੈਂ ਦੇ ਘਰੇ ਕੱਪੜਾ ਲੈਣੀ ਹੁੰਦੀ ਆ ਦੇਖਦੀ ਨੇ ਵੀ ਇੱਥੇ ਜ਼ਿਆਦਾ ਵੜਨਾ ਪੈਣਾ ਇਹ ਤਾਂ ਪ੍ਰੈਸ ਫਰੂਸ ਕਰਨ ਦਾ ਟਾਈਮ ਘੱਟ ਹੈ ਹੁਣ ਜਿਉਂ ਜਿਉਂ ਦੀ ਮੌਜ ਹੈ ਆ ਜਿਹੜਾ ਮੈਂ ਪਾ ਰੱਖਿਆ ਹੈ ਪ੍ਰਿੰਟ ਇਹ ਚ ਵੀ ਵੜ ਨਹੀਂ ਪੈਂਦੇ ਇਹ ਪ੍ਰਿੰਟ ਖਤਮ ਹੋ ਗਿਆ ਜੀ ਦੁਬਾਰਾ ਪ੍ਰਿੰਟਿੰਗ ਕਰਵਾ ਲਿਆ ਆਪਾਂ ਜੇ ਤੁਹਾਨੂੰ ਲੋੜ ਹੈ ਪ੍ਰਿੰਟਰ ਮਿਲ ਜਾਣਗੇ ਮੈਂ ਸਾਨੂੰ ਗਵਾਇਆ ਦੁਕਾਨ ਵਾਲੇ ਸਪਾਰਸਾਂ ਨਾਲ ਲਾ ਕੇ ਉਹ ਕਹਿੰਦੇ ਜੀ ਦੁਬਾਰੇ ਪ੍ਰਿੰਟਿੰਗ ਕਰਵਾ ਲਿਆਂਗੇ ਮੰਮਾ ਹਾਂ ਆ ਪਿੱਲਾ ਦੋ ਮੈਂ ਤਾਂ ਆਪਣੀ ਰੋਟੀ ਪਕਾ ਕੇ ਲਈਏ ਜੀ ਬਾਕਰ ਬਸ ਆਪਾਂ 1 ਮਿੰਟ ਦਾ ਕੰਮ ਹੈ 1 ਮਿੰਟ ਕਰ ਕਰਕੇ 2:30 ਵਜੇ ਨਾਲੇ ਹੋਏ ਪੈਣੇ ਨਾਲੇ ਮਾਸਟਰ ਆ ਕੇ ਤੜਕੂਗਾ ਮੈਨੂੰ ਨਾ ਮੇ ਬਲ ਰੋਟੀ ਪਕਾਓ ਪਹਿਲੇ ਜਾ ਬਸ ਆ ਨਾ ਮਰਬੀਰ ਇਹਨੂੰ ਪ੍ਰਾਈਸ ਦੱਸੇ ਹੋਣਗੇ ਤੂੰ ਲਾ ਲੈ ਬੜੀ ਬਿਲ ਨਹੀਂ ਦੱਸੇ ਇਹਨਾਂ ਨੂੰ ਨਹੀਂ ਕੰਮ ਦੀ ਰੋਟੀ ਬਾਕੀ 7 ਮੀਟਰ ਨੇ ਸਾਰੇ ਮੈਂ ਫੇਰ ਲਾਉਂਗੀ ਹੁਣ ਰੋਟੀ ਪਕਾ ਕੇ ਬਸ ਆਹੀ ਵੀ ਤਾਂ ਰਹਿ ਗਿਆ ਆਹੀ ਵੀ ਤਾਂ ਰਹਿ ਗਿਆ ਚਲੀ ਜਾਂਦੇ ਨੇ ਜਿਹਦੇ ਪ੍ਰਾਈਸ ਦੱਸੇ ਹੁੰਦੇ ਨੇ ਹਨਾ ਉਹ ਤਾਂ ਮਨਵੀਰ ਹੋਰਾਂ ਨੇ ਲਾ ਲਏ ਜਿਨ੍ਹਾਂ ਦੇ ਪ੍ਰਾਈਸ ਨਹੀਂ ਦੱਸੇ ਹੁੰਦੇ ਉਹਨਾਂ ਨੂੰ ਪਤਾ ਨਹੀਂ ਲੱਗਦਾ सवेरे भी डेढ़ रोटी खाधी सिर्फ सब्जी भी नहीं बनाई रोटी बना दी है। रोटी भांडे भी पैने सवेर दी मनवीर भी जी कोई बैठी है
ਤਾਂ ਮੁੱਠ ਦਾ ਪੜਿਆ ਵੀ ਨਹੀਂ ਜਾਂਦਾ ਇੱਧਰ ਬਟੀਕ ਜੀ ਲਾ ਰੱਖੀ ਇਹ ਛੋਲੇ ਆਪਣੇ ਘਰ ਦੇ ਛੋਲੇ ਬਣਾਵਾਂ ਜੇ ਡੈਡੀ ਆਈ ਡੈਡੀ ਪਰ ਅੱਜ ਤੱਕ ਰੋਟੀ ਨਹੀਂ ਡਰਦੇ ਹੀ ਕਰੀ ਸਵੇਰ ਦਾ ਕਰਿਆ ਕੀ ਆ ਹਾਂ ਸੱਚੀ ਗੱਲ ਆ ਗੁਬਲੀਨ ਦੀ ਦੇਖੀ ਜੇ ਉਹਨਾਂ ਨੂੰ 1 ਮਿੰਟ ਰੋਟੀ ਲੇਟ ਹੋ ਜਾਏ ਐਵੇਂ ਅਸੀਂ ਕਿੰਨੇ ਮਰਜ਼ੀ ਬਿਜੀ ਹੋਈਏ ਜੇ ਕਹਿੰਦੇ ਵੀ ਖੜ ਕੇ ਪੱਕ ਰਹੀ ਰੋਟੀ ਸਵੇਰ ਦਾ ਕਰਿਆ ਕੀ ਆ ਸਹੀ ਉਹਨਾਂ ਨੂੰ ਲੱਗਦਾ ਵੀ ਕੋਈ ਡੈਡੀ ਨਹੀਂ ਮੇਰੇ ਕੋਲ ਗੁਰਲੀ ਨੂੰ ਕੁਕਿੰਗ ਸਿਖਾਉਣ ਵਾਸਤੇ ਚੌਪਿੰਗ ਬੋਰਡ ਲਿਆਂਦਾ ਸੀ ਜਲੇਬੀਆਂ ਖਾਇਆ ਦੋ ਭੋਗ ਤੇ ਪੁੱਛਿਆ ਤੇ ਜੀਤੇ ਸਿੰਘ ਦੀਆਂ ਭੋਗ ਪੈ ਗਿਆ ਦੁਨੀਆਂ ਹੋ ਤੁਰੀ ਜਾਂਦੀ ਇੰਨਾ ਜ਼ਿਆਦਾ ਨਰਮ ਸੁਭਾਅ ਸੀ ਇੰਨਾ ਜ਼ਿਆਦਾ ਇੰਨਾ ਮਿੱਠਾ ਬੋਲਦਾ ਸੀ ਗੁਰਲੀ ਨੂੰ ਕਰੇ ਭੱਜਿਆ ਜਦੋਂ ਆ ਜਾਂਦਾ ਮੰਮਾ ਤਾਇਆ ਆ ਗਿਆ ਮੰਮਾ ਤਾਇਆ ਆ ਗਿਆ ਪਤਾ ਗੁਰਲੀ ਨੂੰ ਅੱਜ ਦਾ ਭੋਗ ਸੀ ਵਿਚਾਰੇ ਦਾ ਮੇਰੀ ਮੰਮੀ ਪਤਾ ਲੈਣ ਗਈ ਪਿੱਛੋਂ ਦਾ ਪਤਾ ਲੈਣ ਵੀ ਨਹੀਂ ਜਾਇਆ ਗਿਆ ਸਰਾਣੇ ਥੱਲੋਂ ਉਹਨਾਂ ਨੇ ਬੀ ਕੱਢ ਕੇ ਦੇ ਦਿੱਤੇ ਕੱਦੂਆਂ ਦੇ ਕਹਿੰਦੇ ਨਾ ਬੀ ਸਾਂਭ ਰੱਖੇ ਸੀ ਵੀ ਇਹ ਖੇਤ ਵਾਲਿਆਂ ਨੂੰ ਦੇ ਕੇ ਆਉਣੇ ਨੇ ਖੇਤ ਵਾਲੇ ਕਹਿੰਦੇ ਨੇ ਸਾਨੂੰ ਪਿੰਡ 'ਚ ਵੀ ਇਹ ਮੈਂ ਖੇਤ ਵਾਲਿਆਂ ਨੂੰ ਵੀ ਦੇ ਕੇ ਆਉਂਗਾ ਕੱਦੂ ਲਾ ਲੈਣਗੇ ਵਧੀਆ ਨੇ ਜੜ ਫਲ ਕੱਦੂ ਨੇ ਜਿੱਦਾਂ ਮੇਰੀ ਮੰਮੀ ਪਤਾ ਲੈਣ ਗਈ ਆ ਉਹਦੇ ਉਹਨਾਂ ਨੇ ਸਰਾਣੇ ਥੱਲੋਂ ਕੱਢ ਕੇ ਦਿੱਤੇ ਨੇ ਕਹਿੰਦੇ ਤੁਹਾਡੇ ਵਾਸਤੇ ਬੀ ਲੈ ਕੇ ਆਏ ਸੀ ਲਓ ਜੀ ਪਹਿਲਾਂ ਆਪਾਂ ਸਰੋਂ ਦਾ ਤੇਲ ਪਾਇਆ ਸਰੋਂ ਦਾ ਤੇਲ ਗਰਮ ਹੋਣ ਤੋਂ ਬਾਅਦ ਆਪਾਂ ਇਹਦੇ 'ਚ ਪਾਇਆ ਜੀਰਾ ਹੁਣ ਹਲਦੀ ਲੂਣ ਮਿਰਚ ਹਲਦੀ ਤੁਹਾਡੀ ਮਿਰਚੀ ਆ ਜੇ ਤੁਸੀਂ ਹੈ ਨਾ ਇਹਨੂੰ ਸਬਜ਼ੀ ਨੂੰ ਐਂ ਲੱਗਦਾ ਵੀ ਤੁਹਾਨੂੰ ਕਾਫੀ ਜ਼ਿਆਦਾ ਪੀੜਾ ਜਿਹਾ ਕਲਰ ਦੇਣਾ ਚਾਹੁੰਦੇ ਹੋ ਲੱਗੇ ਵੀ ਕਲਰਫੁੱਲ ਆ ਤਾਂ ਜ਼ਿਆਦਾ ਪਾ ਦਿਓ ਜੇ ਤੁਸੀਂ ਇਹਨੂੰ ਕਾਲੀ ਜਿਹੀ ਰੱਖਣਾ ਚਾਹੁੰਦੇ ਹੋਗੇ ਤਾਂ ਤੁਸੀਂ ਹਲਦੀ ਘੱਟ ਪਾਇਓ ਤੁਹਾਡੀ ਮਰਜ਼ੀ ਹੈ ਅਤੇ ਲੂਣ ਥੋੜ੍ਹਾ ਜਿਹਾ ਆਪਾਂ ਘੱਟ ਰੱਖਿਆ ਕਿਉਂਕਿ ਜੇ ਛੋਲੇ ਆਪਾਂ ਉਬਾਲੇ ਸੀ ਉਦੋਂ ਵੀ ਆਪਾਂ ਇਹਦੇ ਵਿੱਚ ਲੂਣ ਪਾਇਆ ਸੀ ਇਸ ਗੱਲ ਦਾ ਧਿਆਨ ਰੱਖਿਓ ਕਈ ਵਾਰ ਆਪਾਂ ਭੁੱਲ ਜਾਂਦੇ ਹੁੰਦੇ ਹਾਂ ਹੈ ਨਾ ਜਦੋਂ ਆਪਾਂ ਲੂਣ ਮਿਰਚ ਪਾਉਂਦੇ ਆਪਣਾ ਧਿਆਨ ਕਿਸੇ ਪਾਸੇ ਹੋਰ ਹੁੰਦਾ ਕਈ ਵਾਰ ਵੱਧ ਪੈ ਜਾਂਦਾ ਮੈਥੋਂ ਬਈ ਕਈ ਵਾਰੀ ਹੋਇਆ ਇਸ ਤਰ੍ਹਾਂ ਇਸ ਕਰਕੇ ਗੜਬੜ ਹੋ ਜਾਂਦੀ ਆ ਇਹ ਮੈਂ ਪਾਇਆ ਜੀ ਗਰਮ ਮਸਾਲਾ ਹੋਮਮੇਡ ਗਰਮ ਮਸਾਲਾ ਇਹਦੀ ਰੈਸਪੀ ਤੁਹਾਨੂੰ ਆਪਣੇ ਚੈਨਲ 'ਤੇ ਮਿਲ ਜੂਗੀ ਮੈਂ 2-3 ਵਾਰੀ ਵੀਡੀਓ ਬਣਾਈ ਹੋਈ ਹੈ ਇਹਦੀ ਵੀ ਗਰਮ ਮਸਾਲਾ ਕਿਵੇਂ ਬਣਦਾ ਅਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈਂਦੇ ਹਾਂਗੇ ਅਤੇ ਮੇਰੇ ਹੱਥ ਵੀ ਨਾ ਅੱਜ ਗੜਬੜ ਕਰ ਰਹੇ ਨੇ ਵਾਰ ਵਾਰ ਕਿਉਂਕਿ ਬੱਚੇ ਵਾਰ ਵਾਰ ਕਹਿ ਰਹੇ ਨੇ ਭੁੱਖ ਲੱਗੀ ਆ ਗੁਰਲੀਨ ਮੇਰੇ ਕੋਲ ਖੜੀ ਹੈਗੀ ਅਤੇ ਫਿਰ ਉਦੋਂ ਆਪਣਾ ਹੱਥ ਹੈ ਨਾ ਸਹੀ ਨਹੀਂ ਚੱਲਦਾ ਹੁੰਦਾ ਜਦੋਂ ਬੱਚੇ ਕਹੀ ਜਾਣ ਭੁੱਖ ਲੱਗੇ ਵੀ ਐਵੇਂ ਹੋ ਜਾਂਦਾ ਵੀ ਬੱਚੇ ਰੋਟੀ ਮੰਗ ਰਹੇ ਨੇ ਜਲਦੀ ਜਲਦੀ ਬਣਾ ਕੇ ਦਈਏ ਲਓ ਜੀ ਇਹਨੂੰ ਆਪਾਂ ਭੁੰਨ ਲੈਂਦੇ ਹਾਂ ਚੰਗੀ ਤਰ੍ਹਾਂ ਹਾਂਜੀ ਵੀਰ ਜੀ ਤੁਸੀਂ ਕਿੰਨੇ ਵਜੇ ਚੱਲੋਗੇ ਸ਼ਾਮ ਨੂੰ ਨਿਕਲਣਾ ਰਹੀ ਹੈ ਜਿਹੜਾ ਕੀ ਸ਼ਾਮ ਦਾ ਕੋਈ ਆਈਡੀਆ ਹੈਗਾ ਵੀ ਕਿੰਨੇ ਵਜੇ
ਠੀਕ ਹੈ ਜੀ ਤੁਸੀਂ ਮੈਂ ਸਭ ਕੀ ਤੇ ਆਵਾਂਗੇ ਸਾਰੇ ਬਟਾ ਇੱਕ ਘੰਟੇ ਮੈਂ ਰੱਖ ਪੈ ਜੀ ਨਾ ਤੁਸੀਂ ਰਾਣੀ ਜਾਣ ਨੂੰ ਲੱਗ ਜਿਓ ਠੀਕ ਹੈ ਠੀਕ ਹੈ ਬੋ लो जी अपना थोड़ा थोड़ा पानी पा के आप मसाला भुनते रहेंगे तो चंगी तरह अपना पक गया क्योंकि ये लसन नहीं पाया कल प्याज इन अदरक भी नहीं है सी। कई बार घर समान पूरा हों जी कई बार हों नहीं अपने उबाले हुए छोले ने यह पा देंगे तो है बेचारा मेरा कुकर जिदी मैं उस दिन लोड़ पैंदी जिस दिन आलू उबालने ने या छोले उबालने ने यह मैं इतों मच गया एक दिन धरके भुल गई मिस्सी मैं तीन चार दिन बाद मैं मसा साफ कर होया बदला लें है ना थे आने जाके बस घोली है हूँ इन बदल के नवा लियावे काफ़ी ज़्यादा पुराना कुकर है तो ये है जी अपने काले छोले जिन्हों का मैं पेस्ट बनाया होगा तो ये ना अपनी जी सब्जी है वधिया संघनी बन जाती हैगी बहुत ज़्यादा टेस्टी बनती है बिल्कुल संघनी बनती है फिर अपन ज़्यादा होर है ना ये प्याज अदरक ज़्यादा लसन पाने की लोड़ नहीं पैंती तुसी इस तरह कुट के पा सकते हो बहुत ज़्यादा टेस्टी सब्जी बनती है हूँ आप पावे जी लोड़ मुताबक पानी तो इनू आप ढक के पकन दें उन्ने टाइम के मैं धनिया वगैरह खेतों तोड़ लियानी हाँ तो चीर चूर लें तो बाकी वर्कर बैठा मैं उन्होंने भी कम देना गा काफ़ी ज़्यादा कम है जी मेरे कली सिर ना बहुत ज़्यादा जिम्मेवार पई ने मनवीर अज सवेर का बुटीक का कम करा रही है क्योंकि असी पार्सल क्ढने से कम ही साढ़े ना सिर के उत्तों की है सारा परिवार है जोड़ा आपकी जिम्मेवारी कम निभा रहे पर कम बहुत ज़्यादा नहीं इनू आप चंकी तरह मिक्स कर लाँगे क्योंकि कई बार ना ये गठ जी रह जाती वो जो आप पीसे होंगे ने छोले है ना लो जी इन आप चंकी तरह मिक्स कर लिया तो इनू आप ढक के पकन दें हूँ आप थोड़ी देर चाह गल कर दें तो नाल। लो जी सब्जी अपनी बन गई वो मैं पिछले दिन खा रही थी अज एक बर्गर सू बिना फोन करे आ गया जी तुम फोन करके तो आओ हम उन्होंने कम समझा सब्जी अपनी तैयार हो ਕੁਲੀ ਸਵੇਰ ਵਾਲੀਆਂ ਰੋਟੀਆਂ ਪਈਆਂ ਖਾਈਆਂ ਨਹੀਂ ਤੁਸੀਂ ਨੇ ਮੈਂ ਡੇਢ ਖਾਧੀ ਹੁਣ ਕਰਲੀਨ ਉਹਨਾਂ ਦੀ ਕਹੀਆਂ ਤੇ ਹਾਈ ਭੁੱਖ ਲੱਗੀ ਆ ਹਾਈ ਭੁੱਖ ਲੱਗੀ ਆ ਬਰਕਰ ਥੜਾ ਸਮੋਸੇ ਰੱਖਿਆ ਹੁਣ ਸਾਡੇ ਸਾਈਡ ਦੇ ਸਮੋਸੇ ਵੀ ਲੱਗਦੇ ਨੇ ਉਹ ਖਾਣ ਪੀਣ ਨੂੰ ਲੈ ਕੇ ਆਏ ਜਦੋਂ ਵੀ ਆਉਂਦਾ ਕੁਛ ਨਾ ਕੁਛ ਲੈ ਕੇ ਆਉਂਦਾ ਬੱਚੇ ਵਾਸਤੇ ਖਾਣ ਨੂੰ ਮੇਰੇ ਪਨ ਤੇ ਗੁਰਲੀਨ ਵਾਸਤੇ ਕਹਿੰਦੇ ਨੇ ਛੋਟੇ ਨੇ ਜੀ रोटियां अपना पका दी मास्टर जी खा गए ने मैं आपकी कुड़दियाँ चूरी छोलिया की तलन की दाल के दाल सब्जी के सब्जी च जा कोई भी मूंगी दाल होंगी बहुत ज्यादा चूरी बहुत ज्यादा स्वाद लगती है अपनी सब्जी पा ली है दो फुलके पावे आप चूर के छोटे छोटे पीस करके ये हैगा जी देसी घ्यो चंगी तरह ये मिक्स कर दें ताकि जिनी भी अपनी सब्जी है वो सारी रोटी में चंगी तरह सोक ले बहुत ज़्यादा टेस्टी बनूगी फिर ये हूँ हूँ वाले बच्चे मैं लगता चूरिया बहुत घट खाते हो अपना बचपन तो चूरिया खा खा के बीतेगा कद्दू की सब्जी च भी चूरी दाल च भी चूरी बस कल सुकी सब्जी भूपना बना के मिलती सी तो जी इस तरह दाल सब्जियां होंगे तरी वाली वही चूरी मिलती तो असी घ्यो पा के बहुत ज़्यादा टेस्टी लगती एक गल होर है जी उंज आप सब्जी घट बेशक खा लीए जो आप चूरी कुटते हो सब्जी भी ज़्यादा खाधी आती है मैं पहले दिनों सब्जी खुली खानी है मैं वधिया लगती है
मैंने भी तो समोसा चक ले। हाँ तू समोसा खाएंगे रोटी नहीं खानी लाती है मैं खा ली खाने की। लो जी खा लो तुम भी रोटी। चलो जी आप अज्ज दे ब्लॉग दे एंड इत्थे ही करदे आ क्योंकि हुण मैं इत्थे ब्लॉग कंटिन्यू नहीं होना क्योंकि जी वर्कर बैठा मैं उन्होंने भी कम समझाउणा हैगा। आप एंड इत्थे ही कर देंगे ठीक है जी फिर नवे ब्लॉग नाल मिलते हैं। तद तक दे लई सत श्री अकाल। मेरा वसदा रहे पंजाब। खुश रहो आबाद रहो हसते रहो वसते रहो। बाय।